ਆਪਾਂ ਮੰਡੀ ਦੇ ਵਿੱਚ ਪਹੁੰਚੇ ਜੀ ਅੱਜ ਤੀਜਾ ਦਿਨ ਹੈ ਜੀ ਅਤੇ 26 ਤਰੀਕ ਹੈ ਜੀ ਅਤੇ ਬਾਬਾ ਜੀ ਨਾਲ ਆਪਾਂ ਮਿਲੇ ਸੀ ਅਤੇ ਆਪਾਂ ਬਾਬਾ ਜੀ ਤੋਂ ਜਾਣਕਾਰੀ ਲੈਂਦੇ ਜੀ ਮੰਡੀ ਦੀ ਅਤੇ ਕਿੰਨਾ ਵੱਲੋਂ ਕਰਵਾਈ ਜਾ ਰਹੀ ਹੈ ਅਤੇ ਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਨੂੰ ਵੀ ਸਾਰੇ ਦੇਖਣ ਵਾਲੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਬਾ ਜੀ ਆਪਣਾ ਨਾਮ ਦੱਸੋ ਜੀ ਕੋਈ ਮੇਰਾ ਨਾਮ ਬਾਈ ਜੀ ਬਾਬਾ ਜੋਰਾ ਸਿੰਘ ਹੈ ਜੀ ਆਪਾਂ ਪ੍ਰੋਪਰ ਇੱਥੇ ਤਲਵੰਡੀ ਸਾਬੋ ਤੋਂ ਹਾਂ ਜੀ ਲੋਕਲ ਹਾਂਜੀ ਅਤੇ ਆਪਾਂ ਨੂੰ ਮਤਲਬ ਪਿੱਛੇ ਹੋ ਗਏ 20 ਕੁ ਸਾਲ ਮਤਲਬ 2001 ਤੋਂ ਮੇਰਾ ਸ਼ੁਰੂ ਕਰਿਆ ਜੀ ਘੋੜਿਆਂ ਦਾ ਕੰਮ ਅਤੇ ਹੁਣ ਇਸ ਟਾਈਮ 10-12 ਜਾਨਵਰ ਆਪਣੇ ਕੋਲ ਅਤੇ ਮੰਡੀ ਬਾਰੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਜੀ ਮੇਰੇ ਵੱਲੋਂ ਅਤੇ ਸਾਡੀ ਸਾਰੀ ਕਮੇਟੀ ਵੱਲੋਂ ਲੋਕਲ ਜਿੰਨੇ ਵੀ ਘੋੜਾ ਪ੍ਰੇਮੀ ਹੈ ਇਹ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਮੇਲਾ ਲੱਗਿਆ ਜੀ ਅੱਜ ਅਤੇ ਵੀ ਇੱਥੇ ਸਾਰੇ ਜਿੰਨੇ ਵੀ ਮਤਲਬ ਪੰਜਾਬ ਦੇ ਆਲ ਇੰਡੀਆ ਦੇ ਭਰਾ ਨੇ ਹਾਰਸ ਪ੍ਰੇਮੀ ਹੈ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਸਾਡੇ ਮੇਲੇ 'ਚ ਜ਼ਰੂਰ ਮਤਲਬ ਆ ਕੇ ਜਾਓ ਜੀ ਦਰਸ਼ਨ ਦਿਓ ਆਪਦੀ ਸ਼ਮੂਲੀਅਤ ਕਰੋ ਜਾਨਵਰਾਂ ਦੀ ਸ਼ਮੂਲੀਅਤ ਕਰੋ ਅਤੇ ਬਹੁਤ ਹੀ ਧੰਨਵਾਦ ਹੋਊਗਾ ਜੀ ਸਾਡੇ ਵੱਲੋਂ ਜਿਹੋ ਜਿਹਾ ਹੋਇਆ ਸਹਿਯੋਗ ਕਮੇਟੀ ਸਾਰਿਆਂ ਨੂੰ ਦੇਊਗੀ ਠੀਕ ਹੈ ਬਾਬਾ ਜੀ ਅਸੀਂ ਵੀ ਨਾਭੇ ਕੋਲੋਂ ਆਏ ਹਾਂ ਜੀ ਅਤੇ ਆਪਾਂ ਨੂੰ ਜਦੋਂ ਪੋਸਟਰ ਦਾ ਪਤਾ ਦੇਖਿਆ ਆਪਾਂ ਨੂੰ ਲੱਗਿਆ ਵੀ ਸਾਨੂੰ ਜਾਣਾ ਚਾਹੀਦਾ ਜ਼ਰੂਰ ਜਿਹੜੀ ਪਹਿਲੀ ਵਾਰੀ ਮੰਡੀ ਲੱਗੀ ਹੈ ਹਾਂਜੀ ਕਵਰ ਜ਼ਰੂਰ ਕਰਨੀ ਚਾਹੀਦੀ ਹੈ ਪਹਿਲਾਂ ਤਾਂ ਤੁਹਾਡਾ ਔਰ ਜਿੰਨੇ ਵੀ ਸੋਸ਼ਲ ਮੀਡੀਆ ਦੀਆਂ ਟੀਮਾਂ ਸਾਡੇ ਕੋਲ ਆ ਰਹੀਆਂ ਨੇ ਬਹੁਤ ਦਿਲੋਂ ਥੈਂਕ ਯੂ ਹੈ ਧੰਨਵਾਦ ਹੈ ਸਾਰਿਆਂ ਦਾ ਵੀ ਮਤਲਬ ਬਹੁਤ ਜ਼ਿਆਦਾ ਸਾਡਾ ਸਾਥ ਦਿੱਤਾ ਜੀ ਅਤੇ ਤਾਂ ਕਰਕੇ ਅੱਜ ਮੇਲਾ ਆਪਣਾ ਇਸ ਲੈਵਲ 'ਤੇ ਪਹੁੰਚੇ ਵਧੀਆ ਰੌਣਕ ਲੱਗੀ ਜਿਵੇਂ ਪਹਿਲੀ ਵਾਰੀ ਮੇਲਾ ਲੱਗਿਆ ਅਤੇ ਵੇਖੀਏ ਵੇਖ ਰਹੇ ਹਾਂ ਅਸੀਂ ਬਹੁਤ ਰੌਣਕ ਹੈ ਜੀ ਅੱਜ ਤੀਜੇ ਦਿਨ ਦੇ ਵਿੱਚ ਹੈ ਨਾ ਜੀ ਹਾਂਜੀ ਅਤੇ ਹਜੇ 2 ਦਿਨ ਹੋਰ ਪਏ ਆ ਅਤੇ ਬਾਕੀ ਤੁਸੀਂ ਜਿਹੜੀਆਂ ਰੇਸਾਂ ਹੋ ਰਹੀਆਂ ਨੇ ਉਹਦੇ ਬਾਰੇ ਜਾਓ ਜਾਣਕਾਰੀ ਹਾਂਜੀ ਹਾਂਜੀ ਆਪਣੀਆਂ ਮਤਲਬ ਮੇਲਾ 24 ਤੋਂ ਸ਼ੁਰੂ ਹੋਇਆ ਜੀ ਅੱਜ 26 ਤਰੀਕ ਹੈ ਜੀ ਤੀਜਾ ਦਿਨ ਹੈਗਾ ਅਤੇ ਮਤਲਬ 30 ਨੂੰ ਰੇਵੀਆ ਚਾਲਾਂ ਹੋਣਗੀਆਂ ਜੀ 2 ਵਜੇ ਦਾ ਟਾਈਮ ਹੈ ਜੀ ਉਹਦਾ ਮਤਲਬ 2 ਵਜੇ ਐਂਟਰੀਆਂ ਹੋਣ ਲੱਗ ਜਾਣਗੀਆਂ ਜੀ ਅਤੇ ਉਸ ਤੋਂ ਬਾਅਦ ਮਤਲਬ 31 ਨੂੰ ਆਪਣਾ ਛਪੱਟਾ ਦੌੜਾ ਹੋਣਗੀਆਂ ਜੀ ਠੀਕ ਹੈ ਜੀ ਹਾਂਜੀ ਜਿਹੜੀ ਰੇਵੀਆ ਚਾਲ ਹੈ ਉਹ ਮੰਡੀ ਦੇ ਵਿੱਚ ਹੀ ਹੋਏਗੀ ਜੀ ਉਹ ਮੰਡੀ ਦੇ ਵਿੱਚ ਹੀ ਹੋਊਗੀ ਜੀ ਪਹਿਲਾ ਨਾਮ 20,000 ਹੈ ਜੀ ਦੂਜਾ 15 ਤੀਜਾ 9 ਫਿਰ 6-3100 ਹੈ ਪ੍ਰੋਪਰ 5-5 ਨਾਮ ਹੈ ਜੀ ਦੋਨੇ ਠੀਕ ਹੈ ਜੀ ਅਤੇ ਬਾਕੀ ਜਿਹੜੀ ਛਪੱਟਾ ਦੀ ਰੇਸ ਦੀ ਜੋ ਲੋਕੇਸ਼ਨ ਆ ਤੁਹਾਨੂੰ ਮੌਕੇ ਤੇ ਮਹਾਰਾਜ ਜੀ ਮਹਾਰਾਜ ਜੀ ਕਿਉਂ ਬੈਠੋ ਛਪੱਟਾ ਰੇਸ ਦੀ ਲੋਕੇਸ਼ਨ ਤੁਹਾਨੂੰ ਮੌਕੇ ਤੇ ਤੁਸੀਂ ਅਸੀਂ ਆਪਣਾ ਨੰਬਰ ਦਿਆਂਗੇ ਤੁਸੀਂ ਸੰਪਰਕ ਕਰਕੇ ਉੱਥੇ ਪਹੁੰਚ ਸਕਦੇ ਹੋ ਜੀ ਹਾਂਜੀ ਤੇ ਬਾਬਾ ਜੀ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਵਾਸਤੇ ਜੀ ਨਹੀਂ ਬਹੁਤ ਧੰਨਵਾਦ ਤੁਹਾਡਾ ਜੀ ਆਇਆਂ ਨੂੰ ਜੀ ਐਡੀ ਦੂਰੋਂ ਚੱਲ ਕੇ ਸਾਡੇ ਮੇਲੇ ਦੀ ਇਹ ਤੁਸੀਂ ਮਤਲਬ ਕਵਰੇਜ ਕਰਨ ਆਏ ਹੋ ਬਹੁਤ ਧੰਨਵਾਦ ਸਾਡੀ ਵੀ ਸਾਡੇ ਚੈਨਲ ਦੇ ਰਾਹੀਂ ਹਾਰਸ ਲਵਰਸ ਨੂੰ ਅਪੀਲ ਹੈ ਜੀ ਤੁਸੀਂ ਮੰਡੀ 'ਤੇ ਆਓ ਅਤੇ ਰੌਣਕਾਂ ਵਧਾਓ ਅਤੇ ਬਾਕੀ ਇੱਥੇ ਮੇਲੇ ਦਾ ਜੋ ਸਹੂਲਤਾਂ ਆ ਰਹੀਆਂ ਜੋ ਆਨੰਦ ਮਾਣੋ ਜੀ ਬਹੁਤ ਬਹੁਤ ਧੰਨਵਾਦ ਹਾਂਜੀ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਜ਼ਰੂਰ ਸਾਰੇ ਭਰਾ ਆਉਣ ਜੀ ਜਿੰਨਾ ਹੋਇਆ ਸਾਥੋਂ ਮਤਲਬ ਮੇਲਾ ਕਮੇਟੀ ਸਹਿਯੋਗ ਕਰੂਗੀ